ਲਮੇ ਡਿਊਟੀ ਤੇ ਆ ਰਿਹਾ ਸੀ ਰਸਤੇ ਵਿੱਚ ਇਹ ਬੈਗ ਗਿਰਿਆ ਪਿਆ ਸੀ ਜਦੋਂ ਮੈਂ ਇਹਨੂੰ ਚੱਕ ਕੇ ਦੇਖਿਆ ਤਾਂ ਇਹਦੇ ਵਿੱਚ ਕਾਫੀ ਪੈਸੇ ਸੀ ਫਿਰ ਮੈਂ ਉੱਥੇ ਵੇਟ ਕਰਦਾ ਰਿਹਾ ਕੋਈ ਆਵੇ ਇਹਦੀ ਮੈਂ ਗਿਣਤੀ ਨਹੀਂ ਕੀਤੀ ਤੇ ਮੈਨੂੰ ਪੈਸੇ ਜਿਹੜੇ ਲੱਗੇ ਵੀ ਕਾਫੀ ਨੇ ਉਸ ਤੋਂ ਬਾਅਦ ਮੈਂ ਵੇਟ ਕਰਦਾ ਰਿਹਾ 1 ਘੰਟਾ ਡੇਢ ਘੰਟਾ ਵੇਟ ਕੀਤੀ ਕੋਈ ਨਹੀਂ ਆਇਆ ਉਸ ਤੋਂ ਬਾਅਦ ਇਹ ਮੈਂ ਥਾਣੇ ਲੈ ਕੇ ਗਿਆ ਐਸ ਐਚਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੈਸੇ ਗਿਣਾਏ ਜਿਹੜੇ ਪੈਸੇ ਗਿਨੇ ਉਹ 84000 ਕੁਝ ਪੈਸੇ ਸੀ ਉਹਦੇ ਵਿੱਚ ਕੁਝ ਨਿਸ਼ਾਨੀਆਂ ਨੇ ਜਿਹਦਾ ਪਰਸਾ ਉਹ ਨਿਸ਼ਾਨੀਆਂ ਉਹੀ ਦੱਸ ਸਕਦਾ ਹੈ ਵੀ ਜੋ ਜੋ ਉਹਦੇ ਵਿੱਚੋਂ ਮਿਲਿਆ ਇਸ ਕਰਕੇ ਮੈਂ اپیل ਕਰਦਾ ਵੀ 10 ਜਨਵਰੀ 2022 ਨੂੰ ਮੈਨੂੰ ਇਹ ਬੈਕ ਮਿਲਿਆ ਜੇ ਕਿਸੇ ਭੈਣ ਭਰਾ ਦਾ ਹੈਗਾ ਤੋ ਆਪਣੀਆਂ ਜ਼ਰੂਰੀ ਨਿਸ਼ਾਨੀਆਂ ਦੱਸ ਕੇ ਉਸ ਤੇ ਇਹ ਮੈਨੂੰ ਮੇਰੇ ਅਫਸਰਾਂ ਵੱਲੋਂ ਜਿਨ੍ਹਾਂ ਨਾਲ ਮੈਂ ਡਿਊਟੀ ਕਰ ਰਿਹਾ ਉਹਨਾਂ ਵੱਲੋਂ ਵੀ ਮੈਨੂੰ ਇਹ ਸਮਝਾਇਆ ਗਿਆ ਵੀ ਇਸ ਤਰ੍ਹਾਂ ਦੇ ਕਦੀ ਵੀ ਹੋਵੇ ਮਨੁੱਖਤਾ ਦੀ ਸੇਵਾ ਕਰੋ ਜਿਹੜੀ ਗਾਂ ਪੁਲਿਸ ਦੇ ਵਿਭਾਗ ਦੇ ਵਿੱਚ ਚੰਗਾ ਸਲਾਹਗਾ ਜੋ ਕੰਮ ਹੋ ਸਕੇ ਤੇ ਇਹ ਜਦੋਂ ਬੈਗ ਮਿਲਿਆ ਮਿਲਣ ਤੋਂ ਬਾਅਦ ਮੈਂ ਆਪਣੇ ਅਫਸਰਾਂ ਨੂੰ ਦੱਸਿਆ ਵੀ ਸਾਰੇ ਇਸ ਤਰ੍ਹਾਂ ਮੈਨੂੰ ਬੈਗ ਦੇ ਵਿੱਚ ਪੈਸੇ ਮਿਲੇ ਨੇ ਉਹ ਕਹਿੰਦੇ ਸ਼ਾਬਾਸ਼ ਵੀ ਤੂੰ ਆਪਣੇ ਸਬੰਧਤ ਥਾਣੇ ਦੇ ਵਿੱਚ ਜਾ ਕੇ ਜਮ੍ਹਾਂ ਕਰਾ ਕੇ ਆ ਤੇ ਇਹ ਮੈਂ ਥਾਣੇ ਜਮ੍ਹਾਂ ਕਰਾ ਕੇ ਐਸਐਚਓ ਸਾਹਿਬ ਨੂੰ ਦੱਸਿਆ ਦੱਸਣ ਤੋਂ ਬਾਅਦ ਫਿਰ ਮੈਂ ਆਪਣੇ ਡਿਊਟੀ ਤੇ ਆਇਆ ਸੀ ਅਸੀਂ ਡਿਊਟੀ ਤੋਂ ਨੌ ਸੈਕਟਰ ਦੇ ਵਿੱਚੋਂ ਕੋਠੀ ਨੂੰ ਆ ਰਹੇ ਸੀ ਇੱਕ ਬੰਦੇ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਸੱਟਾਂ ਲੱਗੀਆਂ ਸਾਹਿਬ ਨੇ ਆਪਣੀ ਗੱਡੀ ਜੋ ਉਤਰ ਕੇ ਉਹਨੂੰ ਪਹਿਲਾਂ ਹਸਪੀਟਲ ਲਈ ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾਓ ਇਹਨੂੰ ਫਰਸਟ ایڈ ਦਿਓ ਮੈਂ 10 ਮਿੰਟ ਇਹਨਾਂ ਦੀ ਵੇਟ ਕਰ ਲੈਣਾ ਉਸ ਤੋਂ ਇਹ ਹੋਇਆ ਵੀ ਜਦ ਐਡੇ ਵੱਡੇ ਅਫਸਰ ਇੰਨਾ ਪਬਲਿਕ ਦਾ ਕਰ ਦਿੰਦੇ ਤਾਂ ਸਾਡਾ ਕਿਉਂ ਨਹੀਂ ਫਰਜ਼ ਬੰਦਾ ਅਸੀਂ ਉਸ ਦਿਨ ਤੋਂ ਇਹ ਪ੍ਰਾਰੰਭ ਕੀਤਾ ਵੀ ਜੇ ਕਿਸੇ ਸਾਡੀ ਲੋੜ ਨਾਲ ਕਿਸੇ ਪਬਲਿਕ ਦਾ ਫਾਇਦਾ ਹੁੰਦਾ ਤਾਂ ਜ਼ਰੂਰ ਕਰਨਾ ਚਾਹੀਦਾ